पहले एक बारी आता हूँ स्टार्ट करके दिखा दिए सलो मारे जरा रेस दो बिस्मिल्लाहिर्रहमानिर्रहीम। दोस्तों आज ताडे वास्ते ताडा भाई माजूला लैके आया जी MF 240 1992 मॉडल ट्रैक्टर है जी। तो बिल्कुल कापी कागजा का क्लीयर आ, साहिवाल का नंबर लगा हुआ वा, टायर तुसी देख लो, बाकी हुक नहीं लगी हुई, स्टेयां लगिया हुई वा, तो बाकी कोई समान नहीं लगा हुआ, तो मुनासिब कीमत दे विच आ। तो उस बाद हांडा नका बिल्कुल साफ आ, तो इंजन तगड़ा वा, पंप का काम होया वा। तो उस बाद तुहानूं इहदा पूरा रिव्यू करवाने ते इहदी डिमांड वगैरह तुहाडे नाल शेयर करते हैं। तो टायर कंडीशन तुहाडे सामने आ, रिमां दा बिल्कुल साफ आ, क्लीयर आ, माशाला बहुत ही साफ सुथरे रिम आ जी। यह देखो जी, यह टायर कंडीशन है इहदी बैक साइड ते, यह देखो। तो उस बाद इधरों रिम देख लो, माशाला बिल्कुल बेदाग रिम आ। यह बैक साइड तो टायर देख लो, उस तो बाद यह बैक साइड की पूरी लुक देख लो ट्रैक्टर की, माशाला देखो बहुत ही खूबसूरत ट्रैक्टर है जी। ताली लैके आए हैं जी स्पेशल, ए देखो माशाल्लाह बिल्कुल जोड़ा का साफ सुथरा ट्रैक्टर है जी। ए देखो ठीक हो गया, ए इतों नज़र मार लो सारी, माशाल्लाह बहुत ही अच्छा ट्रैक्टर है जी। ताली लैके आए हैं, देखो ए नके शके बिल्कुल साफ सुथरे आ, हांडा नका बिल्कुल साफ सुथरा, ए संगल अंदरले दोनों है, ए देखो बाकी लैंका दोनों का बेदाग आ तकरीबन। ए देखो बाकी ए नीचे सपोर्टा लगिया हुई लैंका की मजबूती वास्ते। ਇਹ ਦੇਖੋ ਜੀ, ਇਹ ਦੂਸਰੀ ਸਾਈਡ ਦੀ ਟਿਊਬ ਦੇਖ ਲਓ, ਇਹ ਦੇਖੋ ਇੱਥੋਂ ਨਜ਼ਰ ਮਾਰ ਲਓ ਸਾਰੀ। ਬਾਕੀ ਇਹ ਦੇਖੋ, ਇਹ ਬਾਹਰਲੇ ਸੰਗਲਾਂ ਦੀਆਂ ਪਲੇਟਾਂ ਲੱਗੀਆਂ ਹੋਈਆਂ ਦੋਨਾਂ ਪਾਸੇ, ਇਹ ਦੇਖੋ ਬਾਕੀ ਸਿਰਫ ਸੰਗਲ ਪੈਣ ਵਾਲੇ ਹੋਏ ਆ ਇਹਦੇ। ਇਹ ਬੈਕ ਸਾਈਡ ਦੇ ਟਾਇਰ ਦੇਖ ਲਓ, ਮਾਸ਼ਾਅੱਲਾ ਆਊਟ ਕਲਾਸ ਹੈ ਜੀ। ਇਹ ਦੇਖੋ ਇਹ ਰਿਮ ਦੇਖ ਲਓ, ਮਾਸ਼ਾਅੱਲਾ ਬਿਲਕੁਲ ਬੇਦਾਗ ਰਿਮ ਆ, ਅਤੇ ਬਿਲਕੁਲ ਨਿਕਲ ਹੋਏ ਆ, ਅਤੇ ਅੱਛੇ ਨਿਕਲ ਹੋਏ ਆ। ਇਹ ਦੇਖੋ ਇਹ ਫਰੰਟ ਟਾਇਰ ਦੇਖ ਲਓ, ਉਸ ਤੋਂ ਬਾਅਦ ਇਹ ਰਿਮ ਦੇਖ ਲਓ, ਮਾਸ਼ਾਅੱਲਾ ਬਿਲਕੁਲ ਬੇਦਾਗ ਰਿਮ ਆ। ਇਹ ਦੇਖੋ ਜੀ, ਇਹ ਇਹਦੀ ਫਰੰਟ ਜਾਲੀ, ਇਹ ਵੇਟ ਦਾ ਕਲਰ ਦੇਖ ਲਓ ਤੁਸੀਂ, ਇਹ ਫਰੰਟ ਜਾਲੀ ਦੇਖ ਲਓ ਤੁਹਾਡੇ ਸਾਹਮਣੇ ਆ, ਜਿੰਨੀ ਵੀ ਹੈਗੀ ਜਿੱਦਾਂ ਦੀ ਵੀ ਆ। ਬਾਕੀ ਇਹ ਦੇਖੋ ਸ਼ੋਅ ਦਾ ਕਲਰ ਦੇਖ ਲਓ ਆ ਤੁਹਾਡੇ ਸਾਹਮਣੇ, ਜਿੰਨਾ ਵੀ ਹੈਗਾ। ਇਹ ਦੇਖੋ ਸ਼ੋਅ ਦਾ ਥੋੜ੍ਹਾ ਜਿਹਾ ਰਿਵਿਊ ਕਰ ਲਓ, ਫਿਰ ਆਪਾਂ ਇੰਜਣ ਦਾ ਰਿਵਿਊ ਕਰਦੇ ਹਾਂ। ਇਹ ਦੇਖੋ ਜੀ, ਉਸ ਤੋਂ ਬਾਅਦ ਇੱਧਰੋਂ ਮਰਗਾੜ ਨੂੰ ਨਜ਼ਰ ਮਾਰ ਲਓ, ਇਹ ਜਿੰਨਾ ਵੀ ਕਲਰ ਹੈਗਾ ਇਹਨਾਂ ਦਾ ਆਪਣਾ ਜ਼ਾਤੀ ਕਲਰ ਆ। ਇਹ ਦੇਖੋ ਉਸ ਤੋਂ ਬਾਅਦ ਇਹ ਜਗ੍ਹਾ ਤੋਂ ਨਜ਼ਰ ਮਾਰ ਲਓ ਸਾਰੀ, ਇਹ ਤੁਹਾਡੇ ਸਾਹਮਣੇ ਆ, ਇਹ ਚੇਸੀ ਪੱਤਰੀ ਹੈ ਇਹਦੀ। ਇਹ ਇੱਧਰਲੀ ਸਾਈਡ ਤੋਂ ਸਾਰੀ ਲੁੱਕ ਦੇਖ ਲਓ ਮਾਸ਼ਾਅੱਲਾ। ਅਤੇ ਹੁਣ ਚੱਲਦੇ ਹਾਂ ਇੰਜਣ ਵਾਲੀ ਸਾਈਡ 'ਤੇ। ਇਹ ਦੇਖੋ ਜੀ, ਇਹ ਇੰਜਣ ਦੀ ਕੰਡੀਸ਼ਨ ਆ ਤੁਹਾਡੇ ਸਾਹਮਣੇ ਆ, ਪੰਪ ਦਾ ਬਿਲਕੁਲ ਕੰਮ ਹੋਇਆ ਵਾ ਤੁਹਾਡੇ ਸਾਹਮਣੇ, ਆਵਾਜ਼ ਤੁਸੀਂ ਸੁਣ ਲਈ ਹੈ ਇਹਦੀ। ਇਹ ਦੇਖੋ ਜੀ, ਇਹ ਸੰਭਲੀਆਂ ਵਗੈਰਾ ਦਾ ਬਿਲਕੁਲ ਕੰਮ ਹੋਇਆ ਵਾ। ਇਹ ਦੇਖੋ ਜੀ, ਇਹ ਦੇ ਨੀਚੋਂ ਕੰਡੀਸ਼ਨ ਸਾਰੀ, ਇਹ ਦੇਖੋ। ਬਾਕੀ ਇਸ ਜਗ੍ਹਾ ਤੋਂ ਕਲਰ ਦੇਖ ਲਓ, ਇਹ ਕੰਡੀਸ਼ਨ ਦੇਖ ਲਓ, ਬਿਲਕੁਲ ਸਾਫ਼ ਸੁਥਰਾ, ਅੰਗਾਂ ਦਾ ਬਿਲਕੁਲ ਮਾਸ਼ਾਅੱਲਾ, ਜੋੜਾਂ ਦਾ ਬਹੁਤ ਸਾਫ਼ ਸੁਥਰਾ ਟਰੈਕਟਰ ਹੈ ਜੀ। ਇਹ ਦੇਖੋ ਤੁਹਾਡੇ ਸਾਹਮਣੇ ਆ, ਇਹ ਕਲਰ ਜੈਨੂਅਨ ਆਪਣਾ ਜ਼ਾਤੀ। ਇਹ ਫਰੰਟ ਤੋਂ ਟੂਪਾਂ ਨੂੰ ਨਜ਼ਰ ਮਾਰ ਲਓ, ਇਸ ਜਗ੍ਹਾ ਤੋਂ ਨਜ਼ਰ ਮਾਰ ਲਓ। ਇਹ ਦੇਖੋ ਜੀ, ਇਹ ਇਹਦਾ ਜਨਰੇਟਰ ਦੀ ਕੰਡੀਸ਼ਨ, ਇਹ ਇੰਜਣ ਨੰਬਰ ਵਗੈਰਾ, ਇਹ ਪਰਕਨ ਇੰਜਣ ਦੇ ਵਿੱਚ ਆ ਤੁਹਾਡੇ ਸਾਹਮਣੇ ਆ। ਇਹ ਦੇਖੋ ਜੀ, ਅਤੇ ਉਸ ਤੋਂ ਬਾਅਦ ਇੱਥੋਂ ਸਾਰੀ ਲੁੱਕ ਦੇਖ ਲਓ। ਇਹ ਦੇਖੋ, ਇਹ ਤੁਹਾਡੇ ਸਾਹਮਣੇ ਜਿੰਨਾ ਵੀ ਕਲਰ ਹੈਗਾ ਤੁਹਾਡੇ ਸਾਹਮਣੇ ਆ, ਇਹ ਜੈਨੂਅਨ ਕਲਰ 'ਚ ਆ, ਕਿਸੇ ਪਾਸੇ ਦੁਬਾਰਾ ਰੰਗ ਨਹੀਂ ਹੋਇਆ ਟਰੈਕਟਰ ਨੂੰ। ਇਹ ਦੇਖੋ, ਇਹ ਜੈਨੂਅਨ ਕਲਰ ਆ ਤੁਹਾਡੇ ਸਾਹਮਣੇ ਪਿਆ। ਉਸ ਤੋਂ ਬਾਅਦ ਇੱਥੋਂ ਨਜ਼ਰ ਮਾਰ ਲਓ, ਸਾਰਾ ਜੈਨੂਅਨ ਕਲਰ 'ਚ ਆ। ਇਸ ਜਗ੍ਹਾ ਤੋਂ ਨਜ਼ਰ ਮਾਰ ਲਓ, ਟਰੈਕਟਰ ਦੀ ਡਿਮਾਂਡ ਹੈਗੀ ਜੀ 390,000 ਰੁਪਈਆ। ਇਹ ਦੇਖੋ ਜੀ, ਅਤੇ 390,000 ਰੁਪਏ ਦੀ ਡਿਮਾਂਡ ਆ, ਨੰਬਰ ਉੱਤੇ ਸ਼ੋਅ ਕਰਾਤਾ, ਤੁਸੀਂ ਕਾਲ ਕਰ ਸਕਦੇ ਹੋ, ਲੇਕਿਨ ਫਜ਼ੂਲ ਕਾਲਾਂ ਨਾ ਕਰਿਆ ਕਰੋ ਵੀਰ ਭਰਾ, ਅਤੇ ਜੇ ਅਗਰ ਕਾਲ ਕਰਨੀ ਆ ਤਾਂ ਲੈਣਾ ਤਾਂ ਕਾਲ ਕਰੋ, ਵਰਨਾ ਨਾ ਕਰੋ। ਅਤੇ ਇਹ ਦੇਖੋ ਜੀ, ਇਹਦਾ ਪੂਰਾ ਰਿਵਿਊ ਹੋ ਗਿਆ ਵਾ। ਦਿਓ ਇਜਾਜ਼ਤ, ਦੋਵਾਂ 'ਚ ਯਾਦ ਰੱਖਿਓ, ਅੱਲਾ ਹਾਫਿਜ਼।